यानी कि जिस तरह ट्रैफिक चल रही है ना ऑलरेडी, तो सानू उस दे मुताबक नाल ही अपनी स्पीड रखनी है। ठीक है जी, कोयला दिला कोरेंट दी ट्रैफिक को किस कोर लूंगो ला कोर से ओकुपा था, जिस ट्रैक नु तुसा मल्लिया उस दे विच जिस तरह ट्रैफिक चल रही है, तुसा उस तरह ही अपनी स्पीड रखनी है। मंतनेंदो रखते होया सेंटर सदा वास्ते ही ना डिस्टेंस सा दी सुपर ऐसा असी हिफाजती फैसला रखा दे सेंटर वास्ते ही कि जे तू डल गई कोलो उस गड्डी तू के लो परचे दे जो अगे वे तोड़े तो ठीक है जी, के लो परचे दे जो अगे अदवितार बच्चो दी सुना रहे इन कोलाक्सन, यानी कि सी बच्चा ने फिर किदे तू इन सुना रहे इन कोलाक्सन अरनवार ने तू जिस तरह असा देखिया जिस तरह असा देखिया अपने मुल्कां दे विच ट्रैफिक जाम होवे ते बंदा हरे करन मरी जा रहा है जहला तरह, जब अगले गड्डी के सामने अगे गड्डी खलोती हो अगे जा ही नहीं सकते तुसी हरन कहीं तो मारी जा रहे हो, यानी कि बस इसे कोशिश होंगे ने कि तंग करिए बनिया तो किस तरह ट्रैफिक खुले खुले नहीं देता है जिसमें दिमाग इस्तेमाल करना ना कि हरन का, लिहाजा की किया जाएगा बचिया जाएगा सुना रहे इल कोलाप्शन अरन मारने तो तेरी वितार पर इन वितार है सॉरी ये वितार है पर इन वितार है, यानी कि किसी को इनविटेशन देना किसी को आगाही देने वास्ते ये वेहीकल ही जिनिया गड़ियां उन्होंने के लो परिचय दनो जो चलती है परिचय दनो जो चलती है अद अच्छे लेदार है अंधतूरा चलने की रफ्तार बढ़ाए। ठीक है जी, यानी कि की होया सानू असि हरन नहीं मारांगे ऐ देवी तारे दी सुना रे इल कलाक्सन, असि हरन नहीं मारांगे असि बच्चा ने हरन मारदे तू फिर इन वितारे हरन क्यों मारिया जाता वे फिर आंदे ने कि हरन जिहड़ा ने तुसी असि बच्चा ने तुसी मारने तू लेकिन क्यों असि मारांगे हरन फिर इन वितारे आगाही देने वास्ते ई वेहीकल ही उन्हां गड्डियां नू किलो परोचे दनो जो चलती हैं ਅੱਜ ਅੱਛੇ ਨਜ਼ਾਰੇ ਤੇਜ਼ ਕਰਨ ਆਂਦਾ ਤੂਰਾ ਚੱਲਨੇ ਕੀ ਰਫਤਾਰ ਬਣਾਏ, ਯਾਨੀ ਕਿ ਜਿਹੜੀ ਚੱਲ ਰਹੀ ਹੈ ਨਾ ਕਤਾਰਾਂ 'ਚ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਹਰਨ ਮਾਰਾਂਗੇ ਉਹ ਅਸੀਂ ਇਸ ਤੋਂ ਬਚਾਂਗੇ। ਠੀਕ ਹੈ ਜੀ, ਅੱਧੇ ਵੀ ਤਾਰੇ ਚਲੋ ਕੁਈਜ਼ ਨੂੰ ਨੋਨ ਵੇਰੋ ਕਿ ਦੇਵੇ ਰਿਪੀਟੂਤਾ ਮੈਂਤੇ ਬਾਰ ਬਾਰ ਕੰਬਿਆਰੇ ਕੁਰਸੀਆ ਕਰਾਂਗੇ ਕੰਬਿਆਰੇ ਕੁਰਸੀਆ ਦੀ ਮਾਰਚਾ। ਠੀਕ ਹੈ ਜੀ, ਯਾਨੀ ਕਿ ਬਾਰ ਬਾਰ ਅਸੀਂ ਚੇਂਜ ਕਰਾਂਗੇ ਕੁਰਸੀਆ ਚੱਲਣ ਵਾਲਾ। ਠੀਕ ਹੈ ਜੀ, ਨੋ ਫਾਲਸ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਾਂਗੇ ਕਿਉਂਕਿ ਅਸਾਂ ਕੋਸ਼ੀਆ ਜਿਹੜਾ ਨਾ ਉਹਨੂੰ ਚੇਂਜ ਨਹੀਂ ਕਰਨਾ ਆਉਂਦਾ ਬਾਰ ਬਾਰ, ਇਹ ਮੋਡੇ ਇਨ ਦੁਨੀਆ ਰੇ ਬਿਜ਼ੀ ਕਰਨਾ ਸੈਂਪਰੇ ਸੈਂਪਰੇ ਹਰ ਵਕਤ ਕੋਇਲਾ ਪੀ ਲਿਬਰਾ ਜਿਹੜਾ ਜ਼ਾਦ ਹੈ, ਯਾਨੀ ਕਿ ਅਸੀਂ ਕਤਾਰਾਂ ਵਿੱਚ ਚੱਲ ਰਹੇ ਹਾਂ ਕੀ ਸਮਝੇ ਕਿਧਰੀਆਂ ਕਤਾਰਾਂ। ਓਕੇ ਯਾਰ ਨਹੀਂ, ਅਸੀਂ ਹੁਣ ਕੀ ਵੇਖਿਆ ਕਿ ਅਸੀਂ ਚੱਲ ਰਹੇ ਹਾਂ ਇਸ ਪੀਲੀ ਕਤਾਰ 'ਚ, ਇਸ ਸਾਡੀ ਗੱਡੀ ਘਰੇ ਇੱਥੇ ਫਸੀ ਹੈ ਵਿੱਚ, ਅਸਾਂ ਵੇਖਿਆ ਕਿ ਇੱਥੇ ਜਗ੍ਹਾ ਲੱਭੀ ਅਸੀਂ ਨਾਲ ਹੀ ਇੱਥੋਂ ਨਿਕਲ ਕੇ ਇੱਥੇ ਹੋ ਗਏ ਹਾਂ, ਅਸਾਂ ਵੇਖਿਆ ਉੱਥੇ ਸੂਈ ਦੇ ਸੂਈ ਜਿਹੜੀ ਜਗ੍ਹਾ ਨਿਕਲ ਗਈ ਇੱਥੇ ਜਗ੍ਹਾ ਲੱਭੀ ਅਸੀਂ ਇੱਥੋਂ ਗੁਸਰਖ ਦੇ ਅੱਗੇ ਹੋ ਗਏ ਹਾਂ। ਨੋ ਫਾਲਸ, ਇੰਝ ਦਾ ਕੰਮ ਅਸਾਂ ਨਹੀਂ ਕਰਨਾ। ਠੀਕ ਹੈ ਜੀ, ਇੱਥੇ ਆਉਂਦੇ ਨੇ ਕਿ ਦੇਵੇ ਲਾਜ਼ਮੀ ਰਿਪੀਟੂਤਾ ਮੈਂਤੇ ਬਾਰ ਬਾਰ ਕੰਬਿਆਰੇ ਕੁਰਸੀਆ ਚੇਂਜ ਕਰੋ ਦੀ ਮਾਰਚਾ ਚੱਲਣੇ ਵਾਲਾ ਕੋ ਟਰੈਕ ਜਿਹੜਾ ਉਹਨੂੰ ਤੁਸੀਂ ਚੇਂਜ ਕਰੋ ਕਿਉਂ ਇਹ ਮੋਦੋ ਦਾ ਇੰਜਨੀਅਰੇ ਬਿਜ਼ੀ ਕਰਨ ਵਾਸਤੇ ਸੈਂਪਰੇ ਹਰ ਵਕਤ ਕੋਇਲਾ ਪੀ ਲਿਆ ਜਿਹੜਾ ਸੈਂਪਰੇ ਜਿਹੜਾ ਵਿਹਲਾ ਉਸ ਦੇ ਉੱਤੇ ਜਾਣੇ ਵਾਸਤੇ। ਨੋ ਫਾਲਸ, ਉਹ ਅੱਖੋ ਉਹ ਉਕੁਪਾਰੇ ਜਾਂ ਮਲਣਾ ਜਾਂ ਬਿਜ਼ੀ ਕਰਨਾ ਮੈਂ ਕੋਰਸੀ ਰਿਜ਼ਰਵਾਤ ਜਿਹੜੇ ਮਖਸੂਸ ਟਰੈਕ ਨੇ ਅਲ ਮਾਰਚਾ ਦੇ ਵਹੀਕਲ ਗੱਡੀਆਂ ਦੇ ਕਿਹੜੀਆਂ ਗੱਡੀਆਂ ਨੂੰ ਮਹਿਸੂਸ ਲਾਣਾ ਇਨ ਸਰਵਿਸ ਵੀ ਪਬਲਿਕੋ ਬੱਸ ਵਗੈਰਾ ਵਾਲੇ ਨੇ ਆ ਕੇ ਨਾ ਹੀ ਸਹੇਲੀ ਬੁਰਾ ਪਾਵੇ, ਅਗਰ ਉਹ ਵਿਹਲਾ ਵੀ ਹੋਵੇ ਫਿਰ ਵੀ ਤੁਸੀਂ ਉਸ ਟਰੈਕ ਉੱਤੇ ਨਹੀਂ ਜਾ ਸਕਦੇ, ਇਸ ਗੱਲੇ ਕਰਕੇ ਇਹ ਵੀ ਫਾਲਸ ਇੱਥੇ ਕਹਿੰਦਾ ਉਹ ਉਕੁਪਾਰੇ ਤੁਸੀਂ ਬਿਜ਼ੀ ਕਰ ਲਵੋ। ਨੋ ਫਾਲਸ, ਅੱਗੋਂ ਕਹਿੰਦਾ ਉਹ ਫਾਰ ਯੂਜ ਇਸਤੇਮਾਲ ਕਰੋ ਦਾ ਲੰਪੇ ਜੋ ਲਾਈਟਸ ਸਿਮੁਲਟਾਨੀਓ ਇੱਕ ਸਾਥ ਮਿਲ, ਯਾਨੀ ਕਿ ਇਕੱਠੀਆਂ ਹੀ ਸਿਮੁਲਟਾਨੀਓ ਜਾਂ ਇਕੱਠੀਆਂ ਹੀ ਇੱਕ ਸਾਥ ਦੀ ਤੂਤੀ ਲਿੰਡੀਕਾਟੋਰੀ ਦਰਸੀਆਂ ਨੇ ਸਾਰੀਆਂ ਹੀ ਜਿਹੜੀਆਂ ਇਸ਼ਾਰੇ ਨਾ ਸਾਈਡ ਸਾਈਡ ਦੇ ਇਸ਼ਾਰੇ ਲਾਉਣ ਵਾਲੀ, ਯਾਨੀ ਕਿ ਜਿਹੜੇ ਬੈਂ ਬੈਂ ਮੁੜਨ ਨਾਲ ਇਸ਼ਾਰੇ ਨਹੀਂ ਹੁੰਦੇ ਤੁਸੀਂ ਉਹ ਜਿਹੜੇ ਨਾ ਸਾਰੇ ਹੀ ਇਕੱਠੇ ਆਨ ਕਰ ਦਿਓ। ਨੋ ਫਾਲਸ, ਅਸੀਂ ਉਹ ਵੀ ਨਹੀਂ ਆਨ ਕਰਨੇ ਅਗਰ ਅਸੀਂ ਟ੍ਰੈਫਿਕ ਦੀ ਇੰਟੈਂਸੋ ਵਿੱਚ ਆਵਾਂਗੇ। ਇਨਕਾ ਜਿਹੜੀ ਉਨ ਕੁਰਤੇ ਹੋ, ਅੱਛਾ ਕੁਰਤੇ ਆਉਂਦੇ ਨੇ ਜਲੂਸ ਨੂੰ। ਠੀਕ ਹੈ ਜੀ, ਕੁਰਤੋ ਵੀ ਹੋ ਗਿਆ ਜਲੂਸ, ਜਿਸ ਤਰ੍ਹਾਂ ਵੇਖਦੇ ਹੋ ਤੁਸੀਂ ਨਿਕਲੇ ਨੇ ਆ ਪੁਲਿਸ ਵਾਲੇ ਲੱਗੇ ਨੇ ਆ ਵਿੱਚ ਗੱਡੀਆਂ ਵਾਲੇ ਫਸੇ ਨੇ ਮਸਕੀਨ ਆ ਗੱਡੀ ਵਾਲਾ ਇੱਕ ਫਸੇ ਆ ਵਿੱਚ। ਅਗਰ ਸਾਨੂੰ ਇਨਕਾਜ਼ ਦੀ ਕੋਰਸ ਦੀ ਉਨ ਕੁਰਤੇ ਅਗਰ ਸਾਨੂੰ ਇੱਕ ਜਲੂਸ ਮਿਲਦਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ, ਦੇਖਦੇ ਹਾਂ ਕੀ ਕਰਨਾ ਚਾਹੀਦਾ ਸਾਨੂੰ। ਕੌਂਦ ਇਹਨੂੰ ਚੰਤਰੋ ਅਭਿਤਾ ਤੋਂ ਜਦੋਂ ਅਸੀਂ ਕ੍ਰੈਸ਼ੀ ਇਲਾਕੇ ਦੇ ਵਿੱਚ ਆਉਂਦੇ ਇਲ ਕੁੰਦੂ ਚੰਦੇ ਜਿਹੜਾ ਡਰਾਈਵਰ ਹੈ ਦੀ ਉਨ ਵਹੀਕਲੋ ਇੱਕ ਗੱਡੀ ਦਾ ਸੇਮ ਬਾਤ ਹੈ ਜਦੋਂ ਉਹਨੂੰ ਲੱਭੇ
ਇਹਨੂੰ ਕੋਰਤੇ ਹੋ ਇੱਕ ਜਲੂਸ ਨੂੰ ਮਿਲੇ ਜਿਸ ਵੇਲੇ ਅਸੀਂ ਇੱਕ ਕੈਂਤਰੀ ਅਭਿਕਾਤੋ ਵਿੱਚ ਰੈਸ਼ੀ ਲਾ ਕੇ ਵੇਚਾਂ ਬਿਲਕੁਲ ਵੀ ਚਾਹੁੰਦੇ ਜੇ ਡਰਾਈਵਰ ਦੀ ਉਹਨੂੰ ਵਹੀਕਲ ਹੋ ਇੱਕ ਗੱਡੀ ਦਾ ਸੀਮ ਬਾਤੇ ਜਦੋਂ ਉਹਨੂੰ ਲੱਭੇ ਜਾਂ ਇੱਕ ਮਿਲੇ ਇਹਨੂੰ ਕੋਰਤੇ ਹੋ ਇੱਕ ਜਲੂਸ ਨੋਨ ਪੂ ਇੰਟਰੋਮ ਪੈਰ ਲਓ ਨੋਨ ਪੂ ਇੰਟਰੋਮ ਪੈਰ ਲਓ ਇਸੇ ਰੋਕਣਾ ਨਹੀਂ ਇੰਟਰੋਮ ਪੈ ਲਓ ਯਾਨੀ ਕਿ ਅਸੀਂ ਉਸਨੂੰ ਰੋਕ ਨਹੀਂ ਸਕਦੇ ਨੋਨ ਪੂ ਇੰਟਰੋਮ ਪੈ ਰਹੇ ਇਸੇ ਰੋਕਣਾ ਨਹੀਂ ਕੁੰਦੀ ਦੇਵੇ ਫਿਰ ਮਾਰਸੀ ਰੁਕ ਜਾਵਾਂਗੇ ਸੁਲਾ ਦਿਸਤਰਾ ਦਿਸਤਰੇ ਤੇ ਯਾਨੀ ਕਿ ਅਸੀਂ ਕੀ ਕਰਾਂਗੇ ਅਸੀਂ ਜਿਸ ਤਰ੍ਹਾਂ ਵਹਿੰਦੇ ਹਾਂ ਕਿ ਸਾਨੂੰ ਅੱਗੇ ਜਲੂਸ ਮਿਲ ਗਿਆ ਅੱਗੇ ਸਾਡੇ ਇੱਕ ਜਲੂਸ ਕੱਢੇ ਆਵਾਮ ਨੇ ਜਲੂਸ ਆ ਗਿਆ ਅੱਗੇ ਕਿਸੇ ਨੂੰ ਕੋਈ ਯਾਨੀ ਕਿ ਕੋਈ ਵੀ ਇਹਤਜਾਜ ਕਰ ਰਹੇ ਨੇ ਤੇ ਉਹ ਸੜਕ ਦੇ ਉੱਤੇ ਜਾ ਰਹੇ ਨੇ ਬੰਦੇ ਜਿਹੜੇ ਅਸੀਂ ਕੀ ਕਰਾਂਗੇ ਅਸੀਂ ਉਸ ਜਲੂਸ ਨੂੰ ਖਰਾਬ ਨਹੀਂ ਕਰਾਂਗੇ ਇੰਟਰਰੋਮ ਪੈਰ ਲੋਕ ਨਹੀਂ ਕਰਾਂਦੇ ਆ ਉਹਨੂੰ ਰੋਕਣ ਦਾ ਉਹਨੂੰ ਗਰਮ ਬਰਮ ਨਹੀਂ ਕਰਾਂਦੇ ਯਾਨੀ ਕਿ ਉਸ ਜਲੂਸ ਵਿੱਚ ਗੱਡੀ ਵਾੜ ਕੇ ਤੇ ਨਿਆਂ ਨਹੀਂ ਕਰਾਂਦੇ ਅੱਗੇ ਪਿੱਛੇ ਤੱਕ ਬੰਦੇ ਪਿਛਾਉਣ ਠੀਕ ਹੈ ਜੀ ਇਹ ਕੰਮ ਅਸਾਂ ਨਹੀਂ ਕਰਨਾ ਅਸਾਂ ਫਿਰ ਕੀ ਕਰਨਾ ਕੁੰਜ ਦੀ ਦੇਵੇ ਫਿਰ ਮਾਰਸੀ ਅਸੀਂ ਰੁਕਾਂਗੇ ਕਿੱਥੇ ਸੁਲਾ ਦਿਸਤਰਾ ਦਿਸਤਰੇ ਤੇ ਯਾਨੀ ਕਿ ਜਿਹੜਾ ਟਰੈਕ ਦਾ ਦਿਸਤਰੇ ਦੀ ਸਾਈਡ ਅਸੀਂ ਉਹਦੇ ਤੇ ਰੁਕ ਜਾਂਦੇ ਇਹ ਅਟੈਂਡੇ ਰਹੇ ਔਰ ਵੇਟ ਕਰਾਂਗੇ ਕਿਹੜਾ ਕਾਰੀ ਜਾਤਾ ਜਿਹੜਾ ਕਾਰੀ ਜਾਤਾ ਅਸੀਂ ਲਿਵਰੀ ਜਦੋਂ ਅਸੀਂ ਔਰ ਇੰਤਜ਼ਾਰ ਕਰਾਂਗੇ ਕਿ ਉਹ ਜੋ ਜਲੂਸ ਕੱਢਣ ਵਾਲੇ ਨੇ ਉਹ ਕਾਰੀ ਜਾਤੇ ਨੂੰ ਖਾਲੀ ਕਰ ਦੇਣ ਆਜ਼ਾਦ ਕਰ ਦੇਣ ਲਿਵਰੀ ਕਰ ਦੇਣ ਠੀਕ ਹੈ ਜੀ ਕੁੰਜੀ ਪ੍ਰੀਮਾ ਦੀ ਪਸਾਰੇ ਗੁਜ਼ਰਨੇ ਤੋਂ ਪਹਿਲਾਂ ਜਿਸ ਟਾਈਮ ਸਾਨੂੰ ਪਤਾ ਲੱਗ ਜੇ ਕਿ ਅਸੀਂ ਹੁਣ ਵਿਹਲਾ ਹੋ ਗਿਆ ਕਾਰੀ ਜਾਤਾ ਫਿਰ ਗੁਜ਼ਰਨੇ ਤੋਂ ਪਹਿਲਾਂ ਸਾਨੂੰ ਕੀ ਇਖਤਿਆਰ ਕਰਨੀ ਚਾਹੀਦੀ ਹੈ ਕੁੰਜੀ ਪ੍ਰੀਮਾ ਦੀ ਪਸਾਰੇ ਗੁਜ਼ਰਨੇ ਸੇ ਪਹਿਲੇ ਅੱਛੇ ਤੌਰ ਸੇ ਯਕੀਨੀ ਬਣਾਓ ਕਿ ਸੀ ਹੈ ਟ੍ਰਾਂਜ਼ਿਟੋ ਟ੍ਰਾਂਜ਼ਿਟਾ ਤੋਂ ਕੰਪਲੀਟਾਮੈਂਟੇ ਯਾਨੀ ਕਿ ਗੁਜ਼ਰ ਗਏ ਨੇ ਕੰਪਲੀਟਲੀ ਟ੍ਰਾਂਜ਼ਿਟਾ ਤੋਂ ਕੰਪਲੀਟਾਮੈਂਟੇ ਯਾਨੀ ਕਿ ਉਹ ਜਿਹਨਾਂ ਹੜਤਾਲ ਕੱਢੀ ਸੀ ਸਾਰੇ ਗੁਜ਼ਰ ਗਏ ਨਾ ਟ੍ਰਾਂਜ਼ਿਟਾ ਤੋਂ ਕੰਪਲੀਟਾਮੈਂਟੇ ਗੁਜ਼ਰ ਗਏ ਕੰਪਲੀਟਲੀ ਦੇ ਵੀ ਤਾਰੇ ਅਸੀਂ ਫਿਰ ਬੱਚਿਆਂ ਦੇ ਦਿਸ ਮਾਰੇ ਕਲਾਕਸੋਨ ਹਰਨ ਮਾਰਨੇ ਤੁਸੀਂ ਬੱਚਿਆਂ ਦੇ ਯਾਨੀ ਕਿ ਅਸਾਂ ਜਲੂਸ ਇਸ ਜਲੂਸ ਦੇ ਵਿੱਚ ਆਏ ਟਾਂ ਟਾਂ ਲਾਈ ਹੋਵੇ ਉਹਦੀ ਰੇਤਰੋ ਚੇਦੇ ਰਹੇ ਜਾਂ ਅਸੀਂ ਰਿਵਰਸ ਜਾਂਦੇ ਉਹਦੇ ਤੋਂ ਵੀ ਅਸੀਂ ਬੱਚਿਆਂ ਦੇ ਠੀਕ ਹੈ ਜੀ ਅੱਛਾ ਇਹ ਹੁਣ ਅੱਜ ਦੀਆਂ ਚੀਜ਼ਾਂ ਨਾ ਇੱਥੇ ਤਾਂ ਮੈਂ ਤੁਹਾਨੂੰ ਸਮਝਾ ਛੱਡਿਆ ਹੁਣ ਵੇਖੋ ਸਾਂ ਪੜ੍ਹਿਆ ਨਾ ਇਹਦੇ ਵਿੱਚ ਅਸਾਂ ਕੀ ਕਰਨਾ ਇਹ ਸਾਰੇ ਕੁਝ ਨੇ ਹੁਣ ਇਹ ਕੀ ਨੇ ਇਹ ਉਹ ਚੀਜ਼ਾਂ ਨੇ ਅਸਾਂ ਜਿਹਨਾਂ ਤੋਂ ਅਸਾਂ ਬਚਣਾ ਅੱਜ ਦੀਆਂ ਚੀਜ਼ਾਂ ਇਹ ਹੁਣ ਬਚਣ ਦੀਆਂ ਜਦੋਂ ਕੁਈਜ਼ ਵਿੱਚ ਆਉਣਗੀਆਂ ਤੇ ਤੁਸੀਂ ਯਾਦ ਰੱਖਣੀਆਂ ਦੋ ਚਾਰ ਚੀਜ਼ਾਂ ਕਿ ਅਸਾਂ ਕੁਈਜ਼ ਵਿੱਚ ਅਸਾਂ ਪੜ੍ਹੀ ਫਿਕਰ ਅਸਾਂ ਜਲੂਸ ਮਿਲ ਜੇ ਤੇ ਅਸਾਂ ਕੀ ਕਰਨਾ ਅਸਾਂ ਰਨ ਨਹੀਂ ਮਾਰਨਾ ਅਸਾਂ ਉਹਨੂੰ ਇੰਟਰਰੋਮ ਪੈਰਲੋ ਨਹੀਂ ਕਰਨਾ ਅਸਾਂ ਉਹਨੂੰ ਕੀ ਨਹੀਂ ਕਰਨਾ ਅਸਾਂ ਉਹਦੇ ਵਿੱਚ ਵੜ ਕੇ ਰਨ ਨਹੀਂ ਮਾਰਨੇ ਆ ਅਸਾਂ ਹੋਰ ਕੀ ਕਰਨਾ ਅਸਾਂ ਦਿਸਤਰੇ ਤੇ ਖਲੋ ਜਾਣਾ ਹੈ ਫਿਰ ਜਿਸ ਟਾਈਮ ਅਸਾਂ ਚੱਲਣਾ ਨਾ ਤੇ ਅਸਾਂ ਵੇਖਣਾ ਕਿ ਉਹ ਸਾਰੇ ਟੁਰ ਗਏ ਨੇ ਉਹਨਾਂ ਖਸੜੇ ਖਾਲੀ ਕਰ ਦਿੱਤੀ ਹੈ ਫਿਰ ਅਸੀਂ ਟੁਰਾਂਦੇ ਅੱਗੋਂ ਫਿਰ ਹੋਰ ਕੀ ਆਉਂਦੇ ਨੇ ਉਹਦੀ ਰੇਤਰੇ ਚੇਦਰੇ ਜਾਂ ਅਸੀਂ ਰਿਵਰਸ ਜਾਂਦੇ ਯਾਨੀ ਕਿ ਅੱਗੇ ਅਸਾਂ ਵੇਖਿਆ ਹੁਣ ਜਲੂਸ ਹੈ ਤਾਂ ਅਸੀਂ ਪਿਛਾਂ ਨੂੰ ਟੁਰ ਜਾਂਦੇ ਨੋ ਫਾਲਸ ਉਹ ਵੀ ਨਹੀਂ ਜਾ ਸਕਦੇ ਅਸੀਂ ਉਹ ਫਾਰ ਯੂਨੀਵਰਸਿਟੀਆਂ ਦੀ ਮਾਰਚਾਂ ਜਾਂ ਅਸੀਂ ਯੂ ਟਰਨ ਉੱਥੋਂ ਲਵਾਂਦੇ ਠੀਕ ਹੈ ਜੀ ਰੇਤਰੇ ਚੇਦਰੇ ਉਹਦਾ ਬੈਕ ਜਾਣਾ ਰਿਵਰਸ ਗੱਡੀ ਕਰਨਾ ਉਹ ਫਾਰ ਯੂਨੀਵਰਸਿਟੀਆਂ ਦੀ ਮਾਰਚਾਂ ਦਾ ਯੂ ਟਰਨ ਯਾਨੀ ਕਿ ਗੱਡੀ ਨੂੰ ਮੋੜ ਕੇ ਪਿਛਾਂ ਲਾ ਦੇਣਾ ਨੋ ਇਹ ਨਹੀਂ ਕਰਾਂਗੇ ਸਿਰ ਚੋਏ ਯਾਨੀ ਅਗਰ ਸੇ ਹੁੰਦਾ ਅਗਰ ਚੋਏ ਯਾਨੀ ਉਸਤਾ ਕੋਲ ਰੁਕਾਵਟ ਹੋਵੇ ਇਨਫਲੂਸ ਵਗੈਰਾ ਤੇ ਕੋਈ ਚੱਲਣੇ ਕੇ ਬਹਾਵ ਵਿੱਚ ਠੀਕ ਹੈ ਜੀ ਅਗਰ ਚੱਲਣੇ ਦੇ ਬਾਅਦ ਵਿੱਚ ਰੁਕਾਵਟ ਹੋਵੇ ਤਾਂ ਅਸੀਂ ਇਹਨਾਂ ਵਿੱਚ ਕੋਈ ਕੰਮ ਵੀ ਨਹੀਂ ਕਰਾਂਗੇ ਠੀਕ ਹੈ ਜੀ ਸੇ ਪੋਸੀਬਲ ਹੈ ਕਿ ਮੁਮਕਿਨ ਹੋਵੇ ਤੂੰ ਇੰਬੂਕਾਰ ਹੈ ਇੰਬੂਕਾਰ ਹੋਵੇਗਾ ਯਾਨੀ ਕਿ ਕੋਈ ਕਿੱਧਰ ਗਿਆ ਟ੍ਰੈਫਿਕ ਓਕੇ ਇਹ ਹੁਣ ਕੋਈ ਜਲੂਸ ਹੋਣ ਵਾਲਾ ਅੱਛਾ ਇਸ ਜਲੂਸ ਦੇ ਵਿੱਚ ਇਹ ਹੁਣ ਸਮਝ ਲਓ ਚਿੱਟੀ ਗੱਡੀ ਤੁਹਾਡੀ ਫਸੀ ਹੈ ਵਾਲੀ ਜਲੂਸ ਚ ਫਸੀ ਹੈ ਤੁਹਾਡੀ ਗੱਡੀ ਹੁਣ ਅਸੀਂ ਕੀ ਕਰਾਂਗੇ ਇੰਬੂਕਾਰ ਕੀ ਚੀਜ਼ ਹੈ ਕਿ ਅਸੀਂ ਅਗਰ ਵੇਖਾਂਗੇ ਕਿ ਇੱਥੇ ਦਿਸਤਰੇ ਤੇ ਇਸ ਸਾਈਡ ਤੇ ਕੋਈ ਸੜਕ ਨਿਕਲਦੀ ਹੈ ਨਾ ਅਸੀਂ ਆਪਣੀ ਗੱਡੀ ਨੂੰ ਇੱਧਰ ਐਂ ਕੱਢ ਲਾਂਗੇ ਸੇਫਟੀ ਨਾਲ ਤਾਂ ਕਿ ਅਸੀਂ ਅੱਜ ਦੀ ਟਰ ਦੀ ਜਲੂਸ ਨੇ ਤਾਂ ਇੱਥੇ ਚੱਲਣਾ ਹੈ ਨਾ ਠੀਕ ਹੈ ਉਹਨਾਂ ਸਤਰਾ ਦਾ ਲਤਰਾਲੇ ਇੱਕ ਸਾਈਡ ਤੇ ਲੇ ਲੈ ਉਹਨਾਂ ਸਤਰਾ ਦਾ ਲਤਰਾਲੇ ਸਾਈਡ ਤੇ ਯਾਨੀ ਕਿ ਅਗਰ ਸਾਈਡ ਤੋਂ ਕੋਈ ਸੜਕ ਨਿਕਲਦੀ ਤਾਂ ਤੁਸੀਂ ਉਹ ਪਕੜ ਲਓ ਯਾਨੀ ਕਿ ਉਧਰ ਨੂੰ ਟੁਰ ਜਾਓ ਪਰ ਕਿ ਕਿਉਂਕਿ ਲਾ ਮਨੋਵਰਾ ਜਿਹੜਾ ਮੂਵ ਜਿਹੜਾ ਸਾ ਮੋੜ ਕੱਟਣਾ ਹੈ ਉਸਾ ਐਸਰ ਫਾਤਾ ਕਰ ਸਕਦੇ ਹੈ ਇਨ ਮਨੀਰਾ ਕੁਰੇਤਾ ਸਹੀ ਹਾਲਾਤ ਵਿੱਚ ਕਿਉਂਕਿ ਅਗਰ ਅਸੀਂ ਸਾਈਡ ਤੇ ਨਿਕਲ ਜਾਂਦੇ ਅਸੀਂ ਮੂਵ ਕਰ ਗਏ ਹਾਂ ਇੱਕ ਕੋਰੈਕਟਲੀ ਨਾ ਕਿ ਅਸਾਂ ਜਲੂਸ ਦੇ ਵਿੱਚ ਅੱਗੇ ਗਏ ਹਾਂ ਨਾ ਅਸੀਂ ਪਿੱਛੇ ਆਇਆ ਅਗਰ ਸਾਈਡ ਤੇ ਮੋੜ ਗਏ ਹਾਂ ਸਾਨੂੰ ਇੱਕ ਗਲੀ ਲੱਭੀ ਹੈ ਅਸੀਂ ਇੰਬੋਕਾਰੇ ਕਰ ਲਿਆ ਠੀਕ ਹੈ ਜੀ ਯਾਨੀ ਕਿ ਜਦੋਂ ਤੁਹਾਨੂੰ ਜਲੂਸ ਲੱਭੇ
ਤੇ ਤੁਸੀਂ